ਆਈਫੋਨ ਗਰਮ ਹੀ ਆ ਤੇਰੇ ਬਾਜੂ ਇੱਥੇ ਕਰੂੰ ਗਰਮ ਇੱਥੇ ਕੋਈ ਗਰਮ ਨਹੀਂ ਕਰ ਸਕਦਾ ਆਈਫੋਨ ਇੱਥੇ ਬਾਜੂ ਇੰਨੀ ਠੰਡ ਹੈ ਬੰਦੇ ਠੰਡੇ ਹੋਈ ਜਾਂਦੇ ਬਿਸਮਿਲ੍ਲਾਹਿਰਰਹਿਮਾਨਿਰਰਹਿਮ ਅਸਲਾਮ ਅਲੈਕੁਮ ਕੀ ਹਾਲ ਚਾਲ ਉਮੀਦ ਕਰਨੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਭ ਵਧੀਆ ਹੋਵੋਗੇ ਬੜੇ ਮਜ਼ੇ 'ਚ ਹੋਵੋਗੇ ਅੱਜ ਦਾ ਵਲੋਗ ਕਰਨੇ ਆ ਸਟਾਰਟ ਸੁਬਹ ਸੁਬਹ ਦਾ ਟਾਈਮ ਹੈ ਨਹਾ ਦਿਓ ਕਿ ਜਿਹੜਾ ਨਾ ਫਰੈਸ਼ ਹੋ ਗਏ ਹਾਂ ਹਾਂਜੀ ਮਾਫੀ ਸਾਹਿਬ ਨਹਾ ਧੋ ਲਿਆ ਮੁਜਸਮਾ ਸਮਾਨ ਵਗੈਰਾ ਜਿਹੜਾ ਨਾ ਲਿਆ ਬੈਗ ਸ਼ੈਗ ਹੈਲਮੈਟ ਹੁਣ ਜਾਣਾ ਅੱਗੇ ਦੀ ਸਫ਼ਰ ਦੀ ਤਿਆਰੀ ਕਰਨੇ ਆ ਪਟੀ ਸ਼ਾਹ ਰੈਡੀ ਹੋ ਗਏ ਹੋ ਚੱਲੀਏ ਆ ਜਾਓ ਫਿਰ ਇਹ ਜਿਹੜਾ ਨਾ ਮੋਟਰਸਾਈਕਲ ਖਿਲਾੜੀਆਂ ਨੇ ਮੋਟਰਸਾਈਕਲ ਲੈਂਦੇ ਹਾਂ ਇੱਥੋਂ ਚਾਬੀ ਵਗੈਰਾ ਉਹਨਾਂ ਕੋਲੋਂ ਅਤੇ ਫਿਰ ਜਿਹੜਾ ਨਾ ਅੱਗੇ ਜਿਹੜਾ ਨਾ ਸਟਾਰਟ ਕਰਨੇ ਆ ਸਫ਼ਰ ਸਫ਼ਰ ਅਲਹਮਦੁਲਿਲਾ ਜੀ ਸਟਾਰਟ ਹੋ ਗਿਆ ਮੜੀ ਰੋਡ ਜਾਣਾ ਪਹਾੜੀਆਂ ਦੇ ਉੱਤੇ ਪਹਾੜੀਆਂ ਜਿਹੜਾ ਨਾ ਚੈੱਕ ਕਰੋ ਪੈਟਰੋਲ ਪੰਪ ਦੇ ਜਾਣ ਪਹੁੰਚ ਗਏ ਹਾਂ ਗੱਡੀਆਂ ਦੋਏ ਜਾਣਾ ਫੁੱਲ ਕਰਾ ਲਗੀਆਂ ਫਿਰ ਇੱਕ ਵਾਰੀ ਫਿਰ ਜਾਣਾ ਫੁੱਲ ਕਰਾਉਂਦੇ ਹਾਂ ਫਿਰ ਬਾਅਦ ਨੂੰ ਸਫ਼ਰ ਕਰਾਂਗੇ ਤਾਂ ਕਿ ਤੇਲ ਛੇਲ ਨਾ ਖਤਮ ਹੋਏ ਮਾਂ ਵੀ ਹਮਜ਼ਾ ਕਰਾ ਰਹੇ ਨੇ ਗੱਡੀ ਫੁੱਲ ਵੱਡੀ ਸਾਹਿਬ ਸਫ਼ਰ ਠੀਕ ਜਾ ਰਿਹਾ ਠੀਕ ਜਾ ਰਿਹਾ ਵੀਡੀਓ ਬਣਾ ਰਹੇ ਹਾਂ ਨਾ ਆਪਣੀ ਵੀਡੀਓ 'ਚ ਆ ਰਹੇ ਹਾਂ ਤੇਰੇ ਚੈਨਲ ਦਾ ਵੱਡੀ ਜੱਟ ਵੱਡੀ ਜੱਟ ਵਲੋਗ ਵਲੋਗ ਨਹੀਂ ਪੱਟੀ ਜੱਟ ਲਿਖਣਗੇ ਆਈਏਗਾ ਸਰਚ ਹਾਂ ਵੱਡੀ ਸਾਹਿਬ ਤੇਜ਼ ਬਣਾਉਣੀ ਜ਼ਰਾ ਵੀਡੀਓ ਝੱਕਣਾ ਚੁੱਕਣਾ ਨਹੀਂ ਸਹੀ ਹੈ ਨਾ ਮਾਵੀ ਤੇਰੀ ਗੱਡੀ ਟਿਊਨਕ ਹੋਣ ਵਾਲੀ ਮੈਨੂੰ ਲੱਗਦਾ ਤੇਰੀ ਵੀ ਹੋਣ ਵਾਲੀ ਟਿਊਨਕ ਪੱਟੀ ਵੇਖ ਲਾਂਦੇ ਹੀ ਪਿਆ ਤੂੰ ਬੈਠਾ ਨਾ ਟਿਊਨਕ ਹੋਣ ਵਾਲੀ ਇਹਦੀ ਇਹਦੀ ਉੱਥੇ ਜਾ ਕੇ ਕਰਵਾਵਾਂਗੇ ਹੁਣ ਯਾਰ ਪੱਟੀ ਜਿਹੜਾ ਨਾ ਹਮਜ਼ਾ ਦੇ ਨਾਲ ਪਏਗਾ ਹੁਣ ਮੈਂ ਮਾਵੀ ਨਾਲ ਸਵਾਰੀ ਜਿਹੜਾ ਨਾ ਚੇਂਜ ਵਗੈਰਾ ਕਰ ਲਈ ਕਰਨੇ ਆ ਸਟਾਰਟ ਪਹਾੜੀਆਂ ਚੈੱਕ ਕਰੋ ਇੱਥੇ ਜੀ ਮੈਂ ਪਹਿਲਾਂ ਇੱਕ ਵਾਰੀ ਆਇਆ ਮਾਵੀ ਸਾਹਿਬ ਇੱਥੇ ਜੀ ਮੈਂ ਇੱਕ ਵਾਰੀ ਆਇਆ ਪਹਿਲਾਂ ਉਹ ਮਾਮ ਦਰਬਾਰ ਚ ਗਿਆ ਬੜੀ ਚੜਾਈ ਹੈ ਵਾਕਈ ਸਹੀ ਗੱਲ ਹੈ ਲਓ ਭਾਈ ਜਾਣਾ ਇੱਥੋਂ ਜਾਣਾ ਨਾ ਗੱਡੀਆਂ ਦੀ ਟਿਊਨਾਂ ਕਰਵਾਉਂਦੇ ਹਾਂ ਤੇਲ ਛੇਲ ਚੇਂਜ ਕਰਾਉਂਦੇ ਹਾਂ ਇੱਕ ਗੱਡੀ ਜਿਹੜਾ ਨਾ ਟੰਗ ਦਿੱਤੀ ਉਹਦੇ ਮਾਂ ਵੀ ਆਈ ਪਟੀ ਮੁੜ ਜਾ ਤੂੰ ਬਾਅਦ ਜਾਣਾ ਇਸ ਗੱਡੀ ਦੀ ਟਿਊਨ ਕਰਾਉਂਦੇ ਹਾਂ ਪਹਿਲਾਂ ਮਾਵੀ ਵਾਲੀ ਗੱਡੀ ਦੀ ਉਹ ਲੱਗੀ ਇਹਦੀ ਉਹ ਲੱਗੀ ਸਿਆਲਕੋਟ ਕਢਵਾ ਕੇ ਆਏ ਇਹਦੀ ਹੋਈ ਹੈ ਅੱਛਾ ਜੀ
ਗੱਡੀਆਂ ਦਾ ਜਿਹੜਾ ਨਾ ਕੰਮ ਸ਼ੰਮ ਕਰਾ ਰਹੇ ਹਾਂ, ਕੰਮ ਸ਼ੰਮ ਕਰਾ ਕੇ ਅਤੇ ਨਾਲ ਜਿਹੜਾ ਨਾ ਮਾਂ ਮਿਲਿਆ ਅਤੇ ਉੱਥੇ ਜਿਹੜਾ ਨਾ ਬਾਲ ਛਲ ਘਟਾਉਂਦੇ ਹਾਂ ਖੱਤ ਛੱਤ। ਉਹ ਭਾਈ ਜਾਨ ਖੱਤ ਵਗੈਰਾ ਜਿਹੜਾ ਨਾ ਕਰਾ ਲਿਆ ਅਤੇ ਗੱਡੀਆਂ ਦਾ ਕੰਮ ਵੀ ਕਰਾ ਲਿਆ, ਹੁਣ ਅਗਲਾ ਜਿਹੜਾ ਨਾ ਸਟਾਰਟ ਕਰਨੇ ਆ ਸਫ਼ਰ। ਚੈੱਕ ਕਰੋ ਬਾਬਾ ਜੀ ਪਹਾੜੀਆਂ ਦੇ ਨਜ਼ਾਰੇ, ਭਾਈ ਜਾਨ ਹੈਲਮਟ ਵਾਸਤੇ ਜਿਹੜਾ ਨਾ ਬੜੀ ਦੂਰ ਜਾਣਾ ਪਿਆ ਸਾਨੂੰ, ਹੁਣ ਹੈਲਮਟ ਜਿਹੜਾ ਲੈ ਲਿਆ ਅਤੇ ਹੁਣ ਜਾ ਰਹੇ ਹਾਂ ਪੂਰੇ ਪ੍ਰੋਟੋਕੋਲ ਨਾਲ, ਅਤੇ ਐਨਕ ਚੈੱਕ ਕਰੋ ਸਹੀ ਲੱਗ ਰਹੀ ਹੈ। ਮੈਂ ਵੀ ਤਾਂ ਪਾਈ ਨਹੀਂ, ਹੁਣ ਹੈਲਮਟ ਪਾ ਲਿਆ ਬਸ ਬੜੀ ਪਹਾੜੀਆਂ ਦਾ ਬਦਲ। ਇੱਥੇ ਵੀ ਗਾਈਆਂ ਬੜੀਆਂ ਨੇ ਬਾਈ, ਇਹਨਾਂ ਮਾਮੀ ਦਾ ਭਰਾ ਵਿਛੜਾ ਫਿਰਦਾ ਪਿਆ, ਇੱਕ ਜਿਹੜਾ ਨਾ ਭੱਟੀ ਦਾ ਭਰਾ ਫਿਰਦਾ ਪਿਆ ਇੱਥੇ, ਉਹ ਜਿਹੜਾ ਛੋਟਾ ਭਰਾ ਹੈ ਨਾ ਭੱਟੀ ਦਾ। ਬਾਰਿਸ਼ ਚੈੱਕ ਕਰੋ, ਭਾਈ ਜਾਨ ਫੋਟੋ ਛੋਟੋ ਜਿਹੜਾ ਨਾ ਹੋ ਰਹੀਆਂ ਨੇ ਇੱਥੇ, ਸਲੋਮੋ ਬਣ ਰਹੇ ਨੇ ਸਾਰੇ ਜਿੰਨੇ ਜਿਹੜਾ ਬਣਾ ਰਹੇ। ਚੈੱਕ ਕਰੋ ਮਾਹੌਲ, ਮੇਰਾ ਡਰਾਈਵਰ ਆ ਰਿਹਾ। ਚਲੋ ਜੀ ਅਸੀਂ ਹੁਣ ਚੱਲੀ ਆਏ, ਹੁਣ ਅਸੀਂ ਅਗਲੀ ਜਗ੍ਹਾ ਬਣਾਵਾਂਗੇ, ਹੁਣ ਜਾ ਕੇ ਫਿਰ ਉੱਥੇ ਖਲੋਣਗੇ ਆ ਕੇ, ਫਿਰ ਅਸੀਂ ਤੁਰ ਜਾਵਾਂਗੇ। ਹੈ ਚਲੋ ਜੀ ਬਾਦਸ਼ਾਹ ਅਸੀਂ ਵੀ ਜਾਂਦੇ ਹਾਂ, ਸਾਡੀ ਘਰ ਸਾਡੀ ਘਰ ਬਾਕੀ ਮਾਹੌਲ ਚੈੱਕ ਕਰੋ, ਮੋੜ ਚੈੱਕ ਕਰੋ ਤੇ ਮਾਹੌਲ ਚੈੱਕ ਕਰੋ। ਅਲਹਮਦੁਲਿਲਾ ਜੀ ਮੜੀ ਅਸੀਂ ਪਹੁੰਚ ਗਏ ਹਾਂ, ਰਾਜੀ
ਵੀ ਝਸੇ ਮਾਵੀ ਸਾਹਿਬ ਠੰਡ ਬਹੁਤ ਲੱਗ ਰਹੀ ਹੈ, ਝਸ ਵੀ ਬੜੀ ਆ ਰਹੀ ਹੈ, ਝਸ ਤੇ ਆ ਰਹੀ ਗਰਮੀ ਆ ਜੀ। ਮੈਂ ਤੇ ਪਹਿਲੀ ਵਾਰੀ ਆਇਆ, ਕੋਈ ਗਰਮ ਨੀ ਕਰ ਸਕਦਾ ਆਈਫੋਨ, ਇੱਥੇ ਬਾਅਦ ਚ ਇੰਨੀ ਠੰਡ ਹੈ ਬੰਦੇ ਠੰਡੇ ਹੋਈ ਜਾਂਦੇ। ਇਹ ਕਿੱਥੇ ਰਹਿ ਗਏ, ਬੰਦੇ ਜ਼ਿਲ੍ਹੇ ਨੇ ਇਹਨਾਂ ਨੂੰ ਟੀਕਣ ਤੰਗ ਕਰ ਰਿਹਾ, ਚੈੱਕ ਕਰੋ ਜੀ ਗੜਿਆਲ ਸ਼ੀਸ਼ਾ। ਇੱਥੇ ਜਿਹੜਾ ਨਾ ਇਹ ਜੰਗਲ ਸ਼ਾਮੀ ਜਿਹੜਾ ਸ਼ੇਰ ਰੁਕਿਆ ਲਾਉਂਦੇ ਅਸਲਾਮ ਅਲੈਕੁਮ। ਠੰਡ ਬਹੁਤ ਲੱਗ ਰਹੀ ਹੈ ਮੈਨੂੰ ਤੇ, ਮੈਂ ਤੇ ਜਾਗ ਰਿਹਾ ਥੋੜੀ ਜਿਹੀ ਅੱਗੇ ਤੇ ਮੈਂ ਪਾ ਲਗਾ ਪੂਰੀਆਂ ਬਾਹਾਂ ਦੀ ਛੱਡ ਆਈ। ਤਕਰੀਬਨ 2:30 ਹੋ ਗਏ ਨੇ ਤਕਰੀਬਨ, ਤੇ ਰੋਟੀ ਖਾਣ ਵਾਸਤੇ ਜਾਣ ਮੈਂ ਰੁਕੀਆਂ, ਨਾਸ਼ਤਾ ਕਰਨਾ ਸੀ, ਨਾਸ਼ਤਾ ਥੋੜ੍ਹਾ ਲੇਟ ਹੋ ਗਿਆ ਤੇ ਹੁਣ ਜਿਹੜਾ ਨਾ ਰੋਟੀ ਛੋਟੀ ਖਾਂਦੇ ਹਾਂ। ਰੋਟੀ ਤੇ ਨਾਸ਼ਤਾ ਜਿਹੜਾ ਨਾ ਇਕੱਠੇ ਕਰ ਰਹੇ ਹੁਣ। ਨਾਸ਼ਤਾ ਤੇ ਦੁਪਹਿਰ ਦਾ ਖਾਣਾ ਜਿਹੜਾ ਨਾ ਇਕੱਠਾ ਕਰ ਰਹੇ ਹਾਂ। ਤੇ ਭਲੀ ਪੱਟੀ ਵੀ ਕੰਬਲ ਹੀ ਲਿਆ ਅੱਜ, ਸਬਜ਼ੀ ਵਗੈਰਾ ਠੰਡ ਲੱਗ ਗਈ, ਸਬਜ਼ੀ ਜਿਹੜਾ ਨਾ ਸਬਜ਼ੀ ਨਾਸ਼ਤੇ ਦੇ ਲੇਟ ਹੋ ਗਿਆ ਤੂੰ ਚਾਰਜ ਲਾ, ਤੇ ਨਾਲ ਜਿਹੜਾ ਨਾ ਦਾਲ ਹੈ ਸਲਾਦ ਚੈੱਕ ਕਰੋ ਬਹੁਤ ਮਜ਼ੇਦਾਰ ਹੈ। ਤੇ ਪੱਟੀ ਸਾਹਿਬ ਜਿਹੜਾ ਨਾ ਖਾਈ ਜਾ ਰਹੇ ਨੇ ਤਾਂ ਮੈਂ ਜਿਹੜੀ ਬੈਟਰੀ 'ਚ ਖਤਮ ਹੋ ਗਈ ਸੀ, ਮੈਂ ਵੀ ਖਾ ਲਊਂ ਟਾਈਮ ਨਾਲ। ਰੋਟੀ ਵਗੈਰਾ ਜਿਹੜਾ ਨਾ ਖਾ ਲਈਏ, ਤੇ ਬਾਰਿਸ਼ ਆ ਗਈ, ਬਾਰਿਸ਼ ਰੁਕ ਨਹੀਂ ਰਹੀ ਇਸ ਟਾਈਮ, ਚੈੱਕ ਕਰ ਸਕਦੇ ਹੋ। ਅਤੇ ਬਾਰਿਸ਼ 'ਤੇ ਜਿਹੜਾ ਨਾ ਸਫ਼ਰ ਕਰਨਾ ਬਹੁਤ ਮੁਸ਼ਕਿਲ ਕੰਮ ਹੈ, ਅਤੇ ਇਨਸ਼ਾਅੱਲਾ ਜਿਹੜਾ ਨਾ ਸਫ਼ਰ ਕਰਾਂਗੇ ਅਸੀਂ ਬਾਰਿਸ਼ 'ਤੇ, ਕਿਉਂਕਿ ਜਾਣਾ ਤਾਂ ਪੈਣਾ, ਜਿੱਥੇ ਰੁਕਣਾ ਜਿੱਥੇ ਸਟੇ ਕਰਨਾ ਉੱਥੇ ਜਾਣਾ ਤਾਂ ਪੈਣਾ, ਅਤੇ ਬਾਰਿਸ਼ 'ਤੇ ਜਾਣਾ ਪੈਣਾ। ਲੋ ਭਾਈ ਜਾਨ, ਬਾਰਿਸ਼ ਜਿਹੜਾ ਰੁੱਖਾਂ ਦਾ ਨਾਮ ਨਹੀਂ ਦੇ ਰਹੀ, ਅਤੇ ਹੁਣ ਜਿਹੜਾ ਨਾ ਬਰਸਾਤੀ ਅਸੀਂ ਲਿਲੀਆਂ ਨੇ, ਚੈੱਕ ਕਰ ਸਕਦੇ, ਮੈਂ ਤਾਂ ਪੂਰਾ ਕ੍ਰਿਸ਼ ਲੱਗ ਰਿਹਾ ਨੇ, ਇਹ ਤਾਂ ਬੋਣਾ ਪੂਰਾ ਬੱਕਰ ਸਾਹਿਬ ਬਦਲ ਦਾ ਸੀਨ ਚੈੱਕ ਕਰੋ ਜੀ, ਬਦਲੀ ਜਾ ਰਹੀਆਂ ਨੇ, ਇਹ ਚੈੱਕ ਕਰੋ ਨਾਲ ਪਹਾੜੀਆਂ, ਕਿਆ ਬਾਤ ਹੈ, ਪੂਰੇ ਮਸਤ ਮਾਹੌਲ ਨਾਲ ਜਾ ਰਹੇ ਆ, ਕਿਆ ਬਾਤ, ਬਦਲ ਪੈ ਰਿਹਾ, ਤਲ ਬਰਸਾਤੀਆਂ ਪਈਆਂ, ਮੈਂ ਤਾਂ ਵਿਸਾਖੀਆਂ ਨਾਲ, ਚੈੱਕ ਕਰੋ ਮੌਸਮ ਬਾਦਸ਼ਾਹ, ਇਹੋ ਜਿਹਾ ਸੀਨ ਪਹਿਲੀ ਵਾਰੀ ਵੇਖਿਆ, ਸਹੀ ਗੱਲ ਹੈ ਮਾਂ ਵੀ, ਇਹ ਪਹਾੜ ਇੱਕ ਵਾਰੀ ਮੈਨੂੰ ਸਾਹਮਣੇ ਜਾਣ ਦੇ, ਸਾਹਮਣੇ ਲੋ ਸਕਦਾ, ਓਕੇ ਘਰ
ਮਾਸ਼ਾਅੱਲਾ ਮਾਸ਼ਾਅੱਲਾ ਚੈੱਕ ਕਰੋ ਬਾਦਸ਼ੋ ਸੀਨ ਦਿਲ ਬਹੁਤ ਕਰ ਰਿਹਾ ਭਾਂ ਤੇ ਪਰ ਮਜਬੂਰੀ ਹੈ ਬੱਦਲ ਬਹੁਤ ਆ ਰਿਹਾ ਮਾਫੀ ਸਾਹਿਬ ਚੱਲੀਏ ਚਲੋ ਬਾਦਸ਼ੋ ਚੱਸਾਂ ਚੈੱਕ ਕਰੋ ਬਾਦਸ਼ੋ ਪਹਾੜੀਆਂ ਪਹਾੜੀਆਂ ਪਾਸੇ ਦਰਿਆ ਨੀਲਮ ਜਿਹੜਾ ਤੁਹਾਨੂੰ ਦਿਖਾਉਂਦੇ ਹੁਣੇ ਥੋੜ੍ਹਾ ਜਾ ਕੇ ਜਾ ਕੇ ਗੱਡੀ ਚੈੱਕ ਕਰੋ ਬੜੀ ਮੋਟਰ ਜਾ ਰਿਹਾ ਭਾਈ ਜਾਨ ਕਿਤੇ ਪਹੁੰਚ ਦਰਿਆ ਜਿਹੜਾ ਨੀਲਮ ਤੁਹਾਨੂੰ ਦਿਖਾਉਂਦੇ ਹਾਂ ਕੇਪੀ ਤੇ ਜਗ੍ਹਾ ਨਾਲ ਪਹੁੰਚ ਗਏ ਹਾਂ ਕੇਪੀ ਤੇ ਮੇਰੀ ਵੀਡੀਓ 'ਚ ਤਾਂ ਪਹਿਲੀ ਵਾਰੀ ਵੇਖੋਗੇ ਤੁਸੀਂ ਜਿਹਨੇ ਵੀ ਵੇਖਣਾ ਨੀਲਮ ਪੁਆਇੰਟ ਉਹ ਝੰਡੇਖਾ ਦੇਣੀ ਓਏ ਐਵੇਂ ਜੀ ਕਸ਼ਮੀਰ ਭਾਤੀ ਕਸ਼ਮੀਰ ਇੱਥੋਂ ਸ਼ੁਰੂ ਹੋ ਜਾਂਦਾ ਪੁੱਲ ਤੋਂ ਪਰਲੀ ਸਾਈਡ 'ਤੇ ਜਿਹੜਾ ਨਾ ਕਸ਼ਮੀਰ ਵੈਲਕਮ ਟੂ AJK ਬਾਦ 96 ਕਿਲੋਮੀਟਰ ਮੜੀ 30 ਕਿਲੋਮੀਟਰ ਖੁਸ਼ਮ ਦੀ ਵੈਲਕਮ ਟੂ KPK ਬਾਦਸ਼ੋ ਪਾਣੀ ਚੈੱਕ ਕਰੋ ਸਪੀਡ ਜਾ ਰਿਹਾ ਦਰਿਆਏ ਜ਼ਿਲ੍ਹਾ ਮੈਂ ਪਾਣੀ ਕਿਆ ਬਾਤ ਇਹ ਜੇ ਪੂਰੀ ਚੱਸਾਂ ਦਾ ਪਾਣੀ ਹੁੰਦਾ ਨੀਲਾ ਜਦੋਂ ਅਸੀਂ ਆਉਂਦੇ ਹਾਂ ਬੱਦਲ ਪੈ ਜਾਂਦਾ ਕਾਲਾ ਹੋ ਜਾਂਦਾ ਤੂੰ ਪਹਾੜਾਂ ਨੂੰ ਮਿੱਟੀ ਰੋੜ ਕੇ ਆਉਂਦੀ ਹੈ ਨਾ ਉਹਦੀ ਵਜ੍ਹਾ ਤੋਂ ਇਸ ਦਰਿਆ ਦਾ ਜਿਹੜਾ ਨਾ ਪਾਣੀ ਨੀਲਾ ਹੁੰਦਾ ਬਾਰਿਸ਼ ਪੈਣ ਦੀ ਵਜ੍ਹਾ ਨਾਲ ਜਿਹੜਾ ਨਾ ਕਾਲਾ ਉੱਤੋਂ ਮਿੱਟੀ ਵਗੈਰਾ ਗਿਰ ਕੇ ਆਉਂਦੀ ਹੈ ਤੇ ਕਾਲਾ ਹੋ ਜਾਂਦਾ ਚੈੱਕ ਕਰ ਸਕਦੇ ਹੁਣ ਜਿਹੜਾ ਨਾ ਮਿੱਟੀ ਛਿੱਟੀ ਗਿਰ ਗਿਆ ਜੀ ਤੇ ਕਾਲਾ ਲੈਗ ਪਾਣੀ ਭਾਈ ਜਾਨ ਐਂਟਰੀ ਵਗੈਰਾ ਜਿਹੜਾ ਨਾ ਹੋ ਗਈ ਹੈ ਤੇ ਹੁਣ ਜਾਂ ਨਿਕਲ ਰਹੇ ਹਾਂ ਮੈਂ ਤੇ ਮਾਵੀ ਉਹ ਉਹਨਾਂ ਨੂੰ ਜਿਹੜਾ ਨਾ ਉਹਨਾਂ ਢੱਕ ਲਿਆ ਉਹ ਪਿਛਲੇ ਕੁੱਤੇ ਨਾ ਫੇਰ ਨਿਕਲ ਵੈਲਕਮ ਟੂ ਮੁਜ਼ਫਰਾਬਾਦ ਅਸੀਂ ਜਿਹੜਾ ਨਾ ਮੁਜ਼ਫਰਾਬਾਦ ਪਹੁੰਚ ਗਏ ਹਾਂ ਹਮਜ਼ਾਰਾਂ ਦਾ ਵੇਟ ਕਰਨੇ ਉਹ ਸਾਡੇ ਜੂ ਹਮੇਸ਼ਾ ਜਿਹੜਾ ਨਾ ਲੇਟ ਹੀ ਦਿੰਦੇ ਨੇ ਦੂਰ ਹੀ ਦਿੰਦੇ ਨੇ ਕੀ ਇਹਦਾ ਤਾਂ ਪਤਾ ਨਹੀਂ ਬਾਬਾ ਜੀ ਮਾਵੀ ਸਾਹਿਬ ਮੇਰੀ ਨੂੰ ਤਾਂ ਬੜੀ ਚੱਸ ਆ ਰਹੀ ਜੇ ਘੁੰਮਣ ਚੱਸ ਆ ਰਹੀ ਜੀ ਭਾਈ ਜਾਨ ਮੁਜ਼ਫਰਾਬਾਦ ਜਿਹੜਾ ਨਾ ਪਹੁੰਚ ਗਿਆ ਹੁਣ ਇੱਥੋਂ ਨਿਕਲ ਲੱਗੇ ਹਾਂ ਬਾਲਾਕੋਟ ਦੀ ਤਰਫ ਲੋ ਬਾਦਸ਼ੋ UK ਵਾਲਾ ਪੁਲ ਇੱਥੇ ਵੇਖ ਲਿਆ ਮੁਜ਼ਫਰਾਬਾਦ ਉਹ ਨਾਲ ਬੱਦਲ ਛਾਏ ਨੇ ਚੈੱਕ ਕਰੋ ਇਹ UK ਵਾਲਾ ਪੁਲ ਕਿਆ ਬਾਤ ਗੁੱਡ ਬਾਏ ਮੁਜ਼ਫਰਾਬਾਦ ਬਾਲਾਕੋਟ ਦੀ ਤਰਫ ਮਨ ਕੀ ਪਿਆਰ ਹੈ ਹਮਾਰੇ ਚੈੱਕ ਕਰੋ ਭਾਈ ਜਾਨ ਪਹਾੜੀ 'ਤੇ ਜਿਹੜਾ ਨਾ ਬਰਫ਼ ਜੰਮੀ ਹੈ ਇੱਕ ਪਹਾੜੀ 'ਤੇ ਚਲੋ ਇੱਥੇ ਸੀਨ ਚੈੱਕ ਕਰੋ ਬਾਈ ਜੀ
ਪਾਣੀ ਨਹੀਂ ਪੀਂਦਾ ਬੈਗ ਉੱਥੇ ਜਾਂਦਾ। ਲੋ ਬਾਈ ਜਾਨ ਫੋਟੋਗ੍ਰਾਫੀ ਜਿਹੜਾ ਨਾ ਹੋ ਗਈ ਸਾਰੇ ਫੋਟੋ ਸ਼ੋਟੋ ਖਿਚਾ ਲਈਆਂ ਨਾ ਹੁਣ ਜਾ ਰਿਹਾ ਅਗਲੇ ਸਾਹਮਣੇ ਆਇਓ ਵੀ ਵੱਡੀ ਸਾਹਿਬ ਕੈਸਾ ਵੀ ਹੋਈ ਜਾਏ ਕਿਆ ਬਾਤ ਹੈ ਬਦਲ ਤੋਂ ਲਿਸ਼ਕਾਰੇ ਮਾਰਦੀ ਹੈ। ਬੰਬੀ ਸੀਨ ਇਹ ਯੂਰਪ 'ਚ ਹੀ ਫਿਰਨੇ ਆ ਵੀ ਬਾਦਸ਼ੋ ਇਹ ਲੀਲਾ ਲੀਲਾ ਮਾਵੀ ਸਾਹਿਬ ਕੀ ਹੈ ਇਹ ਨਾਲ ਚਲਾਈ ਨਾ ਗੱਡੀ ਹੈ ਪੂਰਾ ਯੂਰਪ ਵਾਲਾ ਸੀਨ ਸਹੀ ਗੱਲ ਹੈ ਜਿਹੜਾ ਦਰਿਆ ਜਾ ਰਹੇ ਹੈ ਨਾ ਯੂਰਪ ਵਾਲਾ ਮਾਹੌਲ ਪੂਰਾ ਹਾਂ ਮੈਂ ਗਿਆ ਯੂਰਪ ਫਾਈਨਲੀ ਬਾਲਾਕੋਟ ਜਾਣ ਨਾਲ ਪਹੁੰਚ ਗਏ ਹਾਂ ਜਿਸ ਚੀਜ਼ ਦਾ ਇੰਤਜ਼ਾਰ ਸੀ ਬੜਾ ਬਾਲਾਕੋਟ ਲੱਭਿਆ ਪਰ ਹੁਣ ਆ ਕੇ ਲੱਭ ਗਿਆ ਪਹਿਲਾਂ ਜਿਹੜਾ ਨਾ ਸੀਨ ਹੈ ਚੈੱਕ ਕਰੋ ਅੱਜ ਤੁਹਾਨੂੰ ਪਤਾ ਲੱਗਾ ਕਿ ਦੁਨੀਆ 'ਚ ਅਸੀਂ ਆ ਗਏ ਹਾਂ ਚੈੱਕ ਕਰੋ ਬੜੀ ਦੂਰ ਨੇ ਮਾਵੀ ਸਾਹਿਬ ਚੈੱਕ ਕਰੋ ਜੀ ਮਾਸ਼ਾਅੱਲਾ ਸੀਨ ਬਾਈ ਜਾਨ ਜੰਗਲ ਵੱਲ ਨੂੰ ਜਾ ਰਹੇ ਅਸੀਂ ਬਾਦਸ਼ਾਹ ਬਹੁਤ ਖਤਰਨਾਕ ਰਸਤਾ ਹੈ ਬਾਈ ਜਾਨ ਇਹ ਜੋ ਆਦਮੀ ਆ ਰਹੇ ਹੈ ਇਹ ਬਹੁਤ ਖਤਰਨਾਕ ਹੈ ਬਾਈ ਜਾਨ ਖਤਰਨਾਕ ਜਿਹੜਾ ਨਾ ਰੋਡ ਆਈ ਜਾ ਰਹੇ ਤੇ ਬਾਲਾ ਕੋਟ ਨਹੀਂ ਆ ਰਿਹਾ ਬਾਲਾ ਹੀ ਕੋਟ ਵੀ ਆ ਹੈ ਨਾ ਬਾਲਾ ਦਾ ਨਾ ਮੈਂ ਵੀ ਉਹ ਨਹੀਂ ਆਉਂਦਾ ਪਿਆ ਗੱਡੀ ਧਿਆਨ ਨਾਲ ਚਲਾਉਣੀ ਨਹੀਂ ਬਾਈ ਜਾਨ ਰੂਮ ਵਗੈਰਾ 'ਚ ਪਹੁੰਚ ਗਏ ਹਾਂ ਅਤੇ ਹੁਣ ਰੋਟੀ ਖਾਣ ਦਾ ਟਾਈਮ ਹੈ ਰੋਟੀ ਛੋਟੀ ਖਾਂਦੇ ਹਾਂ ਚੇਂਜ ਵਗੈਰਾ ਕੱਪੜੇ ਕਰ ਲਏ ਨੇ ਹਾਂਜੀ ਹਮਦਾ ਸਾਹਿਬ ਚਲੀਏ ਰੋਟੀ ਛੋਟੀ ਖਾਣ ਚਲੋ ਮਾਵੀ ਸਾਹਿਬ ਉੱਠ ਪੋ ਭੱਟੀ ਤਾਂ ਹਮੇਸ਼ਾ ਲੇਟ ਕਰਦਾ ਲੋ ਬਾਈ ਜਾਨ ਪੂਰੇ ਪ੍ਰੋਟੋਕੋਲ ਦੇ ਨਾਲ ਜਾ ਰਹੇ ਹਾਂ ਖਾਣ ਪੀਣ ਐਵੇਂ ਝੂਠ ਨਾ ਮਾਰਿਆ ਕਾਵਾ ਜਿਹੜਾ ਨਾ ਆ ਗਿਆ ਚੈੱਕ ਕਰ ਲਿਆ ਬਹੁਤ ਮਜ਼ੇਦਾਰ ਪਬਲਿਕ ਵਾਲ ਜਿਹੜਾ ਨਾ ਖਾਇਆ ਕਾਵਾ ਖਾਣਾ ਇਹ ਮੇਰਾ ਅੱਜ ਦਾ ਵਲੋਗ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਇਆ ਅੱਛਾ ਲੱਗਾ ਉਹ ਲਾਈਕ ਕਰੇ ਸ਼ੇਅਰ ਕਰੇ ਕਮੈਂਟ ਕਰੇ ਔਰ ਸਬਸਕ੍ਰਾਈਬ ਕਰਨਾ ਨਾ ਭੁੱਲੇਗਾ ਅੱਲਾ ਹਾਫਿਜ਼।